ਮੰਡੀ ਗੋਬਿੰਦਗੜ੍ਹ ਵਿਖੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਮੇਨ GT ਰੋਡ ਦੇ ਉੱਤੇ ਜਾਮ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੇ ਉੱਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਗਊ ਮਾਸ ਨਾਲ ਭਰਿਆ ਟਰੱਕ ਫੜਿਆ ਗਿਆ ਹੈ, ਪਰ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਗਊ ਹੱਤਿਆ ਬੰਦ ਕਰੋ ਦੇ ਨਾਅਰੇ ਵੀ ਲਗਾਏ ਗਏ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚ ਚੁੱਕੇ ਸਨ ਅਤੇ ਧਰਨਾਕਾਰੀਆਂ ਦੇ ਨਾਲ ਉਹ ਗੱਲਬਾਤ ਕਰ ਰਹੇ ਸਨ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਨੰਬਰ ਦਾ ਇੱਕ ਟਰੱਕ ਦਿੱਲੀ ਤੋਂ ਜੰਮੂ ਕਸ਼ਮੀਰ ਵੱਲ ਜਾ ਰਿਹਾ ਸੀ। ਆਗੂਆਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਪਰ ਮੌਕੇ ਉੱਤੇ ਪੁਲਿਸ ਨਹੀਂ ਪਹੁੰਚੀ ਅਤੇ ਧਰਨੇ ਉਪਰੰਤ ਹੀ ਪੁਲਿਸ ਹਰਕਤ ਦੇ ਵਿੱਚ ਆਈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਪ੍ਰਸ਼ਾਸਨ ਜਿਹੜਾ ਹੈਗਾ ਸੁੱਤਾ ਪਿਆ। ਇਹ ਕੰਮ ਜਿਹੜੇ ਅਸੀਂ ਕਰ ਰਹੇ ਹੈ ਇਹ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ। ਅਸੀਂ ਕਮ ਸੇ ਕਮ 20 ਫੋਨ ਲਾ ਚੁੱਕੇ SHO ਨੂੰ, ਥਾਣੇ 'ਚੋਂ ਹੁਣ ਤੱਕ ਫੋਨ ਨਹੀਂ ਚੱਕਿਆ। ਕਿਉਂ? ਅਸੀਂ ਕੰਮ ਕਰੀਏ, ਤੁਸੀਂ ਤੁਹਾਨੂੰ ਤਨਖਾਹ ਕਿ ਕਿੱਥੋਂ ਮਿਲਦੀ ਹੈ? ਤਨਖਾਹ ਲੈ ਕੇ ਤੁਸੀਂ ਕੰਮ ਨਹੀਂ ਕਰਦੇ, ਕਿਸ ਲਈ ਬਣਾਇਆ ਗਿਆ SHO? ਕਿਸ ਲਈ ਬਣਾਇਆ ਗਿਆ? ਤੁਸੀਂ ਕੰਮ ਨਹੀਂ ਕਰਦੇ, ਜੇ ਕੰਮ ਨਹੀਂ ਕਰਦੇ ਤਾਂ ਸਾਨੂੰ ਵੀ ਕਰਾਉਣਾ ਆਉਂਦਾ। ਜੇ ਤੁਸੀਂ ਹੁਣ ਥੋੜ੍ਹੇ ਦੇਰ ਤੱਕ ਜੇ ਨਾ ਪਹੁੰਚੇ ਤਾਂ ਅਸੀਂ ਇਹ ਵੀ ਐਲਾਨ ਕਰਦੇ ਹਾਂ, ਪਹਿਲੇ ਖੰਨੇ 'ਚ ਕੀਤਾ, ਹਾਈਵੇ ਜਾਮ ਕੀਤਾ, ਤਾਂ ਅਸੀਂ ਹਾਈਵੇ ਵੀ ਜਾਮ ਕਰਾਂਗੇ। ਕਿਉਂਕਿ ਹੁਣ ਬਰਦਾਸ਼ਤ ਨਹੀਂ, ਇੱਕ ਗੱਡੀਆਂ ਨਹੀਂ, ਅਸੀਂ ਕਮ ਸੇ ਕਮ 14-15 ਗੱਡੀਆਂ ਅਸੀਂ ਫੜ ਚੁੱਕੇ ਪੰਜਾਬ 'ਚ ਆ ਹੁਣੇ। ਇਸ ਕਰਕੇ ਪ੍ਰਸ਼ਾਸਨ ਦੇ ਕੰਨ ਬਿਲਕੁਲ ਖੜੇ ਹੋ ਜਾਣ, ਅਸੀਂ ਛੱਡਣਾ ਨਹੀਂ ਹੈਗਾ, ਅਸੀਂ ਕੰਮ ਕਰਾਂਗੇ, ਆਪਣੇ ਸਨਾਤਨ ਧਰਮ ਲਈ ਕਰਾਂਗੇ। ਕਿਉਂਕਿ ਅਸੀਂ ਜਿੰਨਾ ਹੀ ਸ਼ਾਂਤ ਰਹਿੰਦੇ ਹਾਂ ਉਹਦਾ ਹੀ ਨਜਾਇਜ਼ ਫਾਇਦਾ ਉਠਾਉਂਦੇ ਆ ਲੋਕ। ਆਪਾਂ ਨੂੰ ਵੀ ਸਾਰੇ ਸਨਾਤਨੀਆਂ ਨੂੰ ਖੜਾ ਹੋਣਾ ਚਾਹੀਦਾ, ਲੜਨਾ ਚਾਹੀਦਾ ਆਪਣੇ ਧਰਮ ਲਈ। ਕਿਉਂਕਿ ਜੇ ਜਦ ਤੱਕ ਤੁਸੀਂ ਨਾ, ਮਾਂ ਜਿਹੜਾ ਹੈਗਾ ਮਾਂ ਤੋਂ ਬੱਚਾ ਦੁੱਧ ਨਹੀਂ ਮੰਗਦਾ ਹੈ, ਮਾਂ ਦੁੱਧ ਨਹੀਂ ਪਿਲਾਉਂਦੀ, ਉੱਦਾਂ ਹੀ ਹੈ। ਜਦੋਂ ਤੱਕ ਆਪਾਂ ਖੜੇ ਨਹੀਂ ਹੋਵਾਂਗੇ ਇਹ ਇੱਦਾਂ ਹੀ ਕਰਦੇ ਰਹਿਣਗੇ। ਜਿਹਾਦੀ ਨੇ ਔਰ ਖਾਸ ਕਰਕੇ ਜਿਹੜੇ ਬੰਗਲਾਦੇਸ਼ੀ ਹੈ, ਆਪਾਂ ਬੰਗਲਾਦੇਸ਼ੀਆਂ ਨੂੰ ਤੁਸੀਂ ਹਰ ਜਗ੍ਹਾ ਤੁਸੀਂ ਆਪਣੇ ਆਪਣੇ ਸ਼ਹਿਰ 'ਚ ਅਗਲ ਬਗਲ 'ਚ ਚੈੱਕ ਕਰਿਆ ਕਰੋ ਕਿ ਬੰਗਲਾਦੇਸ਼ੀ ਉਰੇ ਰਹਿ ਰਹੇ ਨੇ, ਉਹ ਸਾਰੀ ਸਿਸਟਮ ਉਹਨਾਂ ਨੇ ਸੈੱਟ ਕਰੀ ਹੋਈ ਹੈ। ਤੁਸੀਂ ਲੜਨ ਲਈ ਤਿਆਰ ਨਹੀਂ ਹੈਗੇ, ਉਹ ਤਿਆਰ ਨੇ। ਇਸ ਕਰਕੇ ਖੜੇ ਹੋ ਜਾਓ ਸਾਰੇ ਸਨਾਤਨੀ। ਅਪੀਲ ਹੈ ਗੋਬਿੰਦਗੜ੍ਹ ਦੇ ਜਿਹੜੇ ਵੀ ਸਨਾਤਨੀ ਹੈ, ਜਿਹੜੇ ਵੀ ਔਰ ਖੰਨਾ ਸ਼ਹਿਰ ਦੇ ਜਿਹੜੇ ਸਨਾਤਨੀ ਹੈ, ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਓ ਔਰ ਇਸ ਥਾਣੇ ਦੇ ਮੂਹਰੇ ਆਪਾਂ ਨੇ ਥਾਣਾ ਗੋਬਿੰਦਗੜ੍ਹ ਬੱਸ ਸਟੈਂਡ ਦੇ ਨਾਲ ਸਾਰੇ ਇੱਥੇ ਪਹੁੰਚੋ। ਜੈ ਗਊ ਮਾਤਾ। ਚਲੋ ਜੀ, ਰਕਸ਼ਾ ਦਾ ਕੰਮ ਕਰ ਰਹੇ ਹਾਂ, ਹਜ਼ਾਰਾਂ ਮੁਕੱਦਮੇ ਅਸੀਂ ਕਰਵਾ ਚੁੱਕੇ, ਪਰ ਮੈਂ ਪੰਜਾਬ ਦੇ ਅੰਦਰ ਪਹਿਲੀ ਵਾਰ ਦੇਖ ਰਿਹਾ ਵੀ ਗਊ ਮਾਸ ਦਾ ਟਰੱਕ ਵੀ ਫੜੇ ਜਾਣ ਲੱਗੇ। ਗਊਆਂ ਵੀ ਵੱਟੀਆਂ ਜਾਂਦੀਆਂ, ਗੋਬਿੰਦਗੜ੍ਹ ਦੇ ਅੰਦਰ ਗਊਆਂ ਵੱਟੀਆਂ ਜਾ ਰਹੀਆਂ, ਖੰਨਾ ਦੇ ਅੰਦਰ ਗਊਆਂ ਵੱਟੀਆਂ ਜਾ ਰਹੀਆਂ। ਜਿਹੜਾ ਮਾਸ ਇੱਥੋਂ ਵੱਢ ਕੇ ਦਿੱਲੀ ਜਾਂਦਾ, ਦਿੱਲੀਓ ਫਿਰ ਇਹ ਡੱਬਿਆਂ 'ਚ ਪੈਕ ਹੋ ਕੇ ਸ਼੍ਰੀਨਗਰ ਵਾਸਤੇ ਜਾ ਰਿਹਾ। ਮੇਰੀ ਸਰਕਾਰ ਨੂੰ ਚੇਤਾਵਨੀ ਹੈ, ਜਲਦ ਤੋਂ ਜਲਦ ਇਸ ਕੰਮ ਨੂੰ ਰੋਕ ਲਗਾਵੇ, ਨਹੀਂ ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਕਿਸੇ ਵੀ ਟਾਈਮ ਖਰਾਬ ਹੋ ਸਕਦਾ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੈ, ਕੁਝ ਸਾਲਾਂ ਤੋਂ ਬੇਅਦਬੀਆਂ ਦਾ ਦੌਰ ਚੱਲਿਆ ਹੋਇਆ, ਜਿਸ ਤਰ੍ਹਾਂ ਗੁਰਦੁਆਰਾ ਸਾਹਿਬ 'ਚ ਵੀ ਮੈਂ ਦੇਖਿਆ ਬਹੁਤ ਮੰਦਭਾਗੀ ਘਟਨਾਵਾਂ ਹੋ ਰਹੀਆਂ। ਅਤੇ ਪਿਛਲੇ ਦਿਨੀ ਖੰਨਾ ਦੇ ਅੰਦਰ ਸਾਡੇ ਸ਼ਿਵ ਮੰਦਰ ਦੇ ਅੰਦਰ ਬਹੁਤ ਵੱਡੀ ਬੇਅਦਬੀ ਕਰੀ ਗਈ ਹੈ। ਅਤੇ ਮੈਂ ਇਹੀ ਕਹਿਣਾ ਚਾਹਾਂਗਾ, ਸਾਰੇ ਹਿੰਦੂਆਂ ਨੂੰ ਮੇਰੀ ਅਪੀਲ ਹੈ, ਚਾਹੇ ਉਹ ਕਿਸੇ ਵੀ ਸੰਗਠਨ ਤੋਂ, ਕਿਸੇ ਵੀ ਦਾਇਰੇ ਦਾ, ਚਾਹੇ ਉਹ ਵਪਾਰੀ ਹੈ, ਚਾਹੇ ਉਹ ਕੋਈ ਛੋਟਾ ਦੁਕਾਨਦਾਰ ਹੈ,
ਸਾਰੇ ਸਨਾਤਨੀਆਂ ਨੂੰ ਗਊ ਮਾਤਾ ਦੀ ਰੱਖਿਆ ਵਾਸਤੇ ਅੱਜ ਇਕਜੁੱਟ ਹੋਣ ਦੀ ਲੋੜ ਹੈ। ਜਦੋਂ ਤੱਕ ਆਪਾਂ ਇਕਜੁੱਟ ਨਹੀਂ ਹੁੰਦੇ ਉਦੋਂ ਤੱਕ ਆਪਾਂ ਇਹ ਜਿਹੜਾ ਸਾਡੇ ਸਨਾਤਨ ਧਰਮ 'ਤੇ ਪ੍ਰਹਾਰ ਹੋ ਰਿਹਾ ਇਸ ਨੂੰ ਨਹੀਂ ਰੋਕ ਸਕਦੇ। ਜੈ ਸ਼੍ਰੀ ਰਾਮ, ਜੈ ਗਊ ਮਾਤਾ।